ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਖਾਲਸਾ ਰਾਜ ਦੇ ਅਪਰਾਈਜ਼ਿੰਗ ਅਤੇ ਡਾਊਨਫਾਲ ਬਾਰੇ ਪੜ੍ਹਾਂਗੇ। ਆਜੋ ਸਟੱਡੀ ਕਰੀਏ। ਆਪਾਂ ਪਹਿਲਾਂ ਪੜ੍ਹਾਂਗੇ ਅਪਰਾਈਜ਼ਿੰਗ ਆਫ ਸਿੱਖ ਅੰਪਾਇਰ, ਕਿ ਇਸ ਸਾਮਰਾਜ ਦੀ ਲੋੜ ਕਿਉਂ ਪਈ ਸੀਗੀ। ਆਪਾਂ ਵੇਖਦੇ ਹਾਂ 1716 ਤੋਂ 62 ਤੱਕ ਜਿਹੜਾ ਕਾਲਾ ਦੌਰ ਮੰਨਿਆ ਜਾਂਦਾ ਸਿੱਖ ਹਿਸਟਰੀ 'ਚ, ਕਿ ਅਣਗਿਣਤ ਜ਼ੁਲਮ ਹੋਏ ਇਸ ਕਾਲ 'ਚ, ਕਿ ਇਸ ਕਰਕੇ ਇਹਨੂੰ ਕਾਲਾ ਦੌਰ ਕਿਹਾ ਜਾਂਦਾ। ਇਹਦਾ ਸਭ ਤੋਂ ਪਹਿਲਾਂ ਕਾਰਨ ਸੀ ਯੋਗ ਅਗਵਾਈ ਦਾ ਨੇਤਾ। ਤੁਸੀਂ ਪੜ੍ਹਿਆ ਜਿਵੇਂ 1716 'ਚ ਬੰਦਾ ਬਹਾਦਰ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਕੋਲ ਕੋਈ ਆਪਦਾ ਨੇਤਾ ਨਹੀਂ ਕਿ ਜਿਹੜੀ ਅਗਵਾਈ ਕਰ ਸਕਣ। ਇਸ ਕਰਕੇ ਮੁਗਲਾਂ ਨੂੰ ਲੱਗਦਾ ਸੀ ਕਿ ਇਹ ਲੀਡਰਲੈਸ ਹੋ ਚੁੱਕੀ ਹੈ ਕੌਮ, ਕਿ ਹੁਣ ਇਹਨਾਂ ਕੋਲ ਕੋਈ ਲੀਡਰ ਨਹੀਂ ਰਿਹਾ, ਅਤੇ ਇਸ ਕਰਕੇ ਉਹਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਸੀਗੇ। ਅਤੇ ਇਹਦਾ ਸੀਗਾ ਯੋਗ ਅਗਵਾਈ ਦੇ ਨੇਤਾ ਨਾ ਹੋਣਾ, ਕਿ ਮਤਲਬ ਕੋਈ ਵਧੀਆ ਲੀਡਰ ਨਹੀਂ ਹੈਗਾ ਸੀ ਉਹਨਾਂ ਕੋਲ ਕਿ ਜਿਹੜਾ ਉਹਨਾਂ ਨੂੰ ਗਾਈਡ ਕਰ ਸਕੇ। ਅਤੇ ਇਹਦਾ ਇੱਕ ਸਿੱਟਾ ਇਹ ਨਿਕਲਿਆ ਕਿ ਦੋ ਰੂਪ 'ਚ ਵੰਡਿਆ ਗਿਆ, ਇੱਕ ਤੱਤ ਖਾਲਸਾ ਅਤੇ ਇੱਕ ਬੰਦਈ ਖਾਲਸਾ। ਤੱਤ ਖਾਲਸਾ ਉਹ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤਾਂ ਨੂੰ ਫੋਲੋ ਕਰਦਾ ਸੀਗਾ, ਅਤੇ ਜਿਹੜਾ ਬੰਦਈ ਖਾਲਸਾ ਸੀ ਉਹ ਬਾਬਾ ਬੰਦਾ ਬਹਾਦਰ ਦੇ ਸਿਧਾਂਤਾਂ ਨੂੰ ਫੋਲੋ ਕਰਦਾ ਸੀ, ਕਿਉਂਕਿ ਉਹਨਾਂ ਕੋਲ ਇਹੋ ਜਿਹੀ ਹੈ ਮਤਲਬ ਆਪਸ 'ਚ ਵਿਚਾਰ ਮਤਭੇਦ ਹੋ ਗਏ ਉਹਨਾਂ ਦੋਵਾਂ 'ਚ, ਇਸ ਕਰਕੇ ਸਿੱਖ ਕੌਮ ਮਤਲਬ ਦੋ ਭਾਗਾਂ 'ਚ ਵੰਡੀ ਗਈ। ਤੱਤ ਖਾਲਸਾ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਨੂੰ ਮੰਨਦੇ ਅਤੇ ਨੀਲੇ ਰੰਗ ਦੇ ਵਸਤਰ ਪਹਿਨਦੇ ਸੀ, ਪਰ ਦੂਜੇ ਪਾਸੇ ਜਿਹੜੇ ਬੰਦਈ ਖਾਲਸਾ ਸੀ ਉਹ ਬੰਦਾ ਬਹਾਦਰ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਅਤੇ ਲਾਲ ਰੰਗ ਦੇ ਕੱਪੜੇ ਪਾਉਂਦੇ ਸੀਗੇ। ਜੇ ਅਗਲਾ ਅਗਰ ਮੁਗਲਾਂ ਦੇ ਹਮਲੇ ਸ਼ੁਰੂ ਕਰਨੇ, ਜਿਵੇਂ ਤੁਸੀਂ ਪਿੱਛੇ ਪੜ੍ਹਿਆ ਯੋਗ ਅਗਵਾਈ ਨਹੀਂ ਸੀ ਉਹਨਾਂ ਕੋਲ, ਫਿਰ ਮੁਗਲਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਸੀਗੇ। ਉਹਨਾਂ ਦਾ ਪਹਿਲਾ ਹਮਲਾ ਸੀ, ਪਹਿਲਾ ਸ਼ਾਸਕ ਦੀ ਅਬਦੁਲ ਸਮਦ ਖਾਂ ਦਾ ਦੌਰ 1737 ਤੋਂ 45 ਤੱਕ ਆਇਆ। ਇਹ ਇੰਨਾ ਭਿਆਨਕ ਦੌਰ ਰਿਹਾ ਸਿੱਖਾਂ ਲਈ ਕਿ ਜਿਸ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹਦੇ 'ਚ ਸਿੱਖਾਂ ਦਾ ਮੰਨ ਕੇ ਚੱਲੋ ਅੱਧੀ ਜਨਸੰਖਿਆ ਖਤਮ ਹੋ ਗਈ ਸੀਗੀ, ਇੰਨੇ ਜ਼ੁਲਮ ਕੀਤੇ ਸੀਗੇ। ਫਿਰ ਇਹਦਾ ਮੁੰਡਾ ਆਇਆ ਜ਼ਕਰੀਆ ਖਾਨ 1745, ਇਸ ਨੇ ਵੀ ਮਤਲਬ ਸਿੱਖਾਂ ਦੇ ਅਣਗਿਣਤ ਜ਼ੁਲਮ ਕੀਤੇ। ਹਾਂ, ਇਸ ਰਾਜ 'ਚ ਜ਼ਕਰੀਆ ਖਾਨ ਦੇ ਸਮਾਜ 'ਚ ਥੋੜ੍ਹਾ ਜਿਹਾ ਮਤਲਬ ਸਮਝੌਤਾ ਹੋ ਗਿਆ ਸਿੱਖਾਂ ਅਤੇ ਮੁਗਲਾਂ ਵਿਚਕਾਰ, ਕਿ ਕੁਛ ਟਾਈਮ ਲਈ ਬੰਦ ਹੋ ਗਿਆ ਸੀਗਾ, ਕਿ ਜਦੋਂ ਹਮਲਾ ਕਰਦੇ ਸੀਗੇ ਮੁਗਲ ਉਹ ਜਾ ਕੇ ਜੰਗਲਾਂ 'ਚ ਛਿਪ ਜਾਂਦੇ ਸੀ ਅਤੇ ਗੁਰੀਲਾ ਯੁੱਧ ਨੀਤੀ ਨਾਲ ਆਪਦਾ ਬਚਾਅ ਕਰਦੇ ਸੀਗੇ। ਪਰ ਜਦੋਂ ਜ਼ਕਰੀਆ ਖਾਨ ਦਾ ਦੌਰ ਆਇਆ ਤਾਂ ਥੋੜ੍ਹੀ ਜਿਹੀ ਸ਼ਾਂਤੀ ਹੋਈ, ਸਮਝੌਤੇ ਹੋਏ। ਉਦੋਂ ਇੱਕ ਜ਼ਕਰੀਆ ਖਾਨ ਸੀਗਾ ਮੁਗਲਾਂ ਵੱਲੋਂ ਅਤੇ ਇੱਕ ਸੀਗਾ ਨਵਾਬ ਕਪੂਰ ਸਿੰਘ। ਇਹ ਦੋ ਸਿੱਖਾਂ ਦੇ ਨਵਾਬ ਕਪੂਰ ਸਿੰਘ ਸੀਗੇ ਬੈਸਟ ਲੀਡਰ, ਅਤੇ ਜ਼ਕਰੀਆ ਖਾਨ ਮੁਗਲਾਂ ਦੇ ਸੀਗੇ। ਅਤੇ ਇਹ ਇਸ ਬੰਦੇ ਨੇ ਨਵਾਬ ਕਪੂਰ ਸਿੰਘ ਨੂੰ ਉਪਾਧੀ ਵੀ ਦਿੱਤੀ ਸੀਗੀ ਨਵਾਬ ਦੀ। ਫਿਰ ਆਇਆ ਜ਼ਕਰੀਆ ਖਾਨ ਜਿਹੜਾ ਇਹਦਾ ਮੁੰਡਾ ਸੀਗਾ, 1745 'ਚ ਇਹਦੀ ਮੌਤ ਹੋ ਗਈ। ਫਿਰ 1746 ਆਇਆ ਜ਼ਕਰੀਆ ਖਾਨ ਦਾ ਦੌਰ, ਕਿ ਇਹਦਾ ਮੁੰਡਾ ਸੀਗਾ ਉਹ ਵੀ ਜ਼ਕਰੀਆ ਖਾਨ ਦਾ, ਅਤੇ ਉਹ ਵੀ ਮਤਲਬ ਸਿੱਖਾਂ ਦੇ ਖਿਲਾਫ ਹੀ ਸੀਗਾ। ਉਹਨੇ ਵੀ ਸਿੱਖਾਂ ਦੀ ਕੋਈ ਰਹਿਮ ਦਿਲੀ ਨਹੀਂ ਕੀਤੀ, ਅਣਗਿਣਤ ਜ਼ੁਲਮ ਕੀਤੇ ਸਿੱਖਾਂ ਦੇ, ਸਿੱਖਾਂ ਦੀਆਂ ਜਾਇਦਾਦਾਂ ਦਾ ਜ਼ਬਤ ਕਰ ਲਈਆਂ, ਉਹਨਾਂ ਦੇ ਘਰਾਂ ਬਾਹਰ ਨੂੰ ਸਾੜ ਦਿੱਤਾ ਗਿਆ, ਜਿਹੜੀਆਂ ਉਹਨਾਂ ਦੀਆਂ ਨਿਸ਼ਾਨੀਆਂ ਪੁਰਾਤਨ ਸੀਗੀਆਂ ਉਹ ਵੀ ਖਤਮ ਕਰ ਦਿੱਤੀਆਂ ਗਈਆਂ। ਅਤੇ ਫਿਰ ਇਸ ਤੋਂ ਬਾਅਦ ਜ਼ਕਰੀਆ ਖਾਨ ਦੀ ਮੌਤ ਹੁੰਦੀ ਹੈ 1746 'ਚ। ਫਿਰ ਇਦੋਂ ਬਾਅਦ ਆਉਂਦਾ ਅਫਗਾਨ ਦੌਰ। ਅਫਗਾਨ ਦੌਰ ਦਾ ਮਤਲਬ ਅਫਗਾਨਿਸਤਾਨ ਦੇ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਦਾ ਦੌਰ ਆਉਂਦਾ। ਉਹਨੇ ਲਗਾਤਾਰ ਭਾਰਤ 'ਤੇ ਸੱਤ ਵਾਰ ਹਮਲੇ ਕੀਤੇ ਆ, ਅਤੇ ਇਹਨਾਂ 'ਚੋਂ ਉਹਦੇ ਸੀਗੇ ਪਹਿਲਾ ਵੱਡਾ ਘੱਲੂਘਾਰਾ ਅਤੇ ਛੋਟਾ ਘੱਲੂਘਾਰਾ। ਇਹ ਦੋ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਸਿੱਖ ਹਿਸਟਰੀ 'ਚ ਬਹੁਤ ਹੀ ਭਿਆਨਕ ਰੂਪ 'ਚ ਮੰਨਿਆ ਜਾਂਦਾ, ਕਿ ਇਹਨਾਂ 'ਚ ਸਿੱਖਾਂ ਦੀ ਅੱਧੀ ਜਨਸੰਖਿਆ ਸਿੱਖਾਂ ਦੀ ਖਤਮ ਹੋ ਗਈ ਸੀਗੀ, ਕਿ ਮਤਲਬ 2.5 ਲੱਖ ਬੰਦਾ ਸੀਗਾ ਅਤੇ 2.5 ਲੱਖ 'ਚ ਤੁਸੀਂ ਹਿਸਾਬ ਲੈ ਲਓ 75% ਬੰਦਾ ਖਤਮ ਹੋ ਗਿਆ ਸੀ ਸਿੱਖਾਂ ਦਾ। ਅਤੇ ਫਿਰ ਵੀ ਸਿੱਖ ਕਹਿੰਦੇ ਸੀ ਕਿ ਸ਼ੁਕਰਾਨਾ ਕਰਦੇ ਸੀ ਸ਼ਾਮ ਨੂੰ ਗੁਰੂ ਜੀ ਦਾ, ਅਤੇ ਜਿਹੜੇ ਮਤਲਬ ਉਹਨਾਂ ਦੇ ਲੀਡਰ ਸੀਗੇ ਨਾ ਅਫਗਾਨ ਸ਼ਾਸਕ, ਇਹ ਕਹਿੰਦੇ ਸੀ ਕਿ ਇੰਨਾ ਇਹਨਾਂ ਦਾ ਨੁਕਸਾਨ ਹੋਇਆ ਫਿਰ ਵੀ ਸ਼ੁਕਰਾਨਾ ਕਿਉਂ ਕਰਦੇ ਆ। ਉਹ ਕਹਿੰਦੇ ਕਿ ਅਸੀਂ ਤਾਂ ਫਿਰ ਐਂ ਆ, ਫਿਰ ਅਸੀਂ ਤਾਂ ਹੌਂਸਲਾ ਸਾਡਾ ਇਹੀ ਆ। ਅਤੇ ਫਿਰ ਮਤਲਬ ਦੂਜਾ ਘੱਲੂਘਾਰਾ ਵੱਡਾ 1762 'ਚ ਹੋਇਆ ਮਲੇਰਕੋਟਲੇ 'ਚ,
ਇਹਦੇ 'ਚ ਵੀ ਮਤਲਬ ਸਿੱਖਾਂ ਦੀ ਅਣਗਿਣਤ ਫੌਜ ਮਾਰੀ ਗਈ, ਫੌਜ ਮਾਰੀ ਗਈ, ਜਨਸੰਖਿਆ ਇਹਦੇ 'ਚ ਵੀ ਖਤਮ ਹੋ ਗਈ ਸਿੱਖਾਂ ਦੀ, ਪਰ ਸਿੱਖਾਂ ਨੇ ਆਪਦਾ ਹੌਂਸਲਾ ਨਹੀਂ ਛੱਡਿਆ। ਫਿਰ ਆਇਆ ਮਿਸਲਾਂ ਦਾ ਦੌਰ 1748 ਤੋਂ 1799 ਤੱਕ। ਇਹ ਸਿੱਖ ਇਤਿਹਾਸ ਦਾ ਮਤਲਬ ਸੁਨਹਿਰੀ ਆਪਾਂ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਇਸ ਨਾਲੋਂ ਕਾਲੇ ਦੌਰ ਨਾਲੋਂ ਸੁਨਹਿਰੀ ਦੌਰ ਕਹਿ ਸਕਦੇ ਹਾਂ 1748 ਤੋਂ 99 ਤੱਕ ਦਾ, ਕਿਉਂਕਿ ਸਿੱਖਾਂ ਨੇ ਆਪਦੀ ਮਿਸਲਾਂ ਬਣਾਉਣ ਲੱਗ ਪਏ, ਆਪਦਾ ਗਰੁੱਪ ਬਣਾਉਣ ਲੱਗ ਪਏ, ਇੱਕ ਲੀਡਰ ਚੁਣਨ ਲੱਗ ਪਏ। ਇਹ 12 ਮਿਸਲਾਂ ਸੀ ਪੂਰੀਆਂ, 12 ਮਿਸਲਾਂ ਸੀ ਅਤੇ ਇਹਨਾਂ ਦੇ 12 ਵੱਖਰੇ ਵੱਖਰੇ ਇਲਾਕੇ ਸੀਗੇ। ਜਦੋਂ ਮੰਨ ਲਓ ਕੋਈ ਬਾਹਰਲਾ ਸ਼ਾਸਕ ਆਉਂਦਾ ਸੀ ਤਾਂ ਇਕੱਠੇ ਹੋ ਕੇ ਉਹਨਾਂ 'ਤੇ ਹਮਲਾ ਕਰ ਦਿੰਦੇ ਸੀ, ਉਹ ਲੁੱਟਦੇ ਸੀਗੇ ਅਤੇ ਆਪਦਾ ਪੇਟ ਪਾਲਦੇ ਸੀਗੇ। ਅਤੇ ਇੱਥੋਂ ਤੱਕ ਜਿਹੜੇ ਮੁਗਲ ਸੀਗੇ, ਉਹ ਜਿਹੜੇ ਮੁਗਲ ਅਤੇ ਅਫਗਾਨ ਸੀ, ਜਨਾਨੀਆਂ ਜਿਹੜੀਆਂ ਹੁੰਦੀਆਂ ਸੀਗੇ ਹਿੰਦੂਆਂ ਦੀਆਂ, ਉਹ ਲੈ ਜਾਂਦੇ ਸੀ ਆਪਦੇ ਨਾਲ। ਫਿਰ ਸਿੱਖ ਰਾਤ ਨੂੰ 12 ਵਜੇ ਜਾਂਦੇ ਸੀ ਗੁਰੇਲਾ ਯੋਧਰਾ ਹੀ ਉਹਨਾਂ 'ਤੇ ਹਮਲਾ ਕਰਕੇ, ਉਹ ਛੁਡਾ ਕੇ ਉਹਨਾਂ ਦੀ ਸੁਰੱਖਿਆ ਘਰੋਂ ਘਰੀ ਪਹੁੰਚਾਉਂਦੇ ਸੀਗੇ। ਫਿਰ ਮਿਸਲਾਂ ਦਾ ਦੌਰ ਦਾ ਅੰਤ 1799 'ਚ ਹੋਇਆ, ਮਿਸਲਾਂ ਦਾ ਦੌਰ ਖਤਮ ਹੋ ਗਿਆ। ਫਿਰ ਆਇਆ ਸ਼ੁਕਰ ਚੱਕੀਆ ਮਿਸਲ ਅਤੇ ਰਣਜੀਤ ਸਿੰਘ ਦਾ ਦੌਰ। ਇਹ ਮਤਲਬ ਸਾਰਿਆਂ ਨਾਲੋਂ ਇੰਪੋਰਟੈਂਟ ਆ ਕਾਲੇ ਦੌਰ 'ਚੋਂ। ਇਹ ਜਿਵੇਂ ਆਪਾਂ ਕਹਿ ਦਿੰਦੇ ਕਿ ਇਹ ਮੀਡੀਅਮ ਜਿਹਾ ਸਿੱਖਾਂ ਲਈ ਇੱਕ ਵਧੀਆ ਸੁਨਹਿਰਾ, ਇਹ ਸਭ ਤੋਂ ਵਧੀਆ ਸਾਲ ਮਤਲਬ ਸੁਨਹਿਰੀ ਯੁੱਗ ਰਿਹਾ ਸਿੱਖਾਂ ਲਈ। ਜਦੋਂ ਸ਼ੁਕਰ ਚੱਕੀਆ ਮਿਸਲ ਦਾ ਉਸਾਰ ਚੜ੍ਹਤ ਸਿੰਘ ਵੱਲੋਂ ਹੋਇਆ, ਇਹ ਰਣਜੀਤ ਸਿੰਘ ਦੇ ਦਾਦਾ ਜੀ ਸੀਗੇ, ਅਤੇ ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਆਏ ਰਣਜੀਤ ਸਿੰਘ ਦੇ ਪਿਤਾ ਜੀ, ਫਿਰ ਰਣਜੀਤ ਸਿੰਘ ਆਏ। ਚੜ੍ਹਤ ਸਿੰਘ ਨੇ ਜਿਵੇਂ ਗੁਜਰਾਂਵਾਲਾ ਹੋ ਗਿਆ, ਸਿਆਲਕੋਟ ਹੋ ਗਿਆ, ਇੱਧਰ ਚਨਾਬ ਦੇ ਜੇਲ੍ਹ ਵਾਲੇ ਪਾਸੇ ਆਪਦੇ ਮਤਲਬ ਇਲਾਕੇ ਸੁਤੰਤਰ ਕਰ ਲਏ, ਸਥਾਪਿਤ ਕਰ ਲਏ। ਅਤੇ ਜਦੋਂ ਸੁਤੰਤਰ ਕਰ ਲਏ ਕਿ ਉਹ ਆਪਦੇ ਰਾਜ ਮਿਸਲਾਂ 'ਚ ਮਿਸਲਾਂ ਦਾ ਵਧੀਆ ਸ਼ਾਸਨ ਪ੍ਰਬੰਧ ਚਲਾਉਣ ਲੱਗੇ। ਅਤੇ ਆਪਾਂ ਮਿਸਲਾਂ ਕਰੇ ਅਤੇ ਮੁੜ ਕੇ ਰਣਜੀਤ ਸਿੰਘ ਦਾ ਦੌਰ ਆਇਆ 1799 ਤੋਂ 1849 ਤੱਕ ਦਾ, ਕਿ ਇਹ ਮਤਲਬ ਸਿੱਖਾਂ ਲਈ ਇੱਕ ਵਧੀਆ ਸਾਲ ਰਿਹਾ। ਇਹ ਸਿੱਖ ਅੰਪਾਇਰ ਇਹਨਾਂ 'ਚ ਬਿਲਡ ਹੋਇਆ, ਖਾਲਸਾ ਰਾਜ ਬਣਿਆ, ਸਿੱਖਾਂ ਨੂੰ ਆਪਦੀ ਇੱਕ ਸ਼ਾਂਤੀ ਮਿਲੀ ਆਪਦੇ ਰਾਜ 'ਚ। ਕਿ ਜਦੋਂ ਮੰਨ ਲਓ ਕਿ 1500 ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1469 ਤੋਂ ਲੈ ਕੇ 1799 ਤੱਕ ਦਾ ਜਿਹੜਾ ਦੌਰ ਆ, ਜਿਵੇਂ ਹਮਲੇ ਕਰਤੇ, ਸਿੱਖਾਂ ਲੁੱਟ ਲਿਆ, ਕੁੱਟ ਲਿਆ, ਠੀਕ ਆ, ਇੱਕ ਸ਼ਾਂਤੀਮਈ ਸਾਲ ਸੀਗਾ ਸਿੱਖਾਂ ਲਈ। ਕਿ ਮਤਲਬ ਇੱਕ ਰਹਿਣਮਈ, ਕਿ ਇੱਕ ਰਿਲੈਕਸ ਮਿਲ ਜਾਂਦੀ ਸਿੱਖਾਂ ਨੂੰ, ਉਹ ਸੀਗਾ। ਇਹ 40 ਸਾਲ ਚੱਲਿਆ ਰਾਜ ਜਿਹੜਾ ਸੀਗਾ। ਫਿਰ ਜਦੋਂ ਮਤਲਬ ਰਣਜੀਤ ਸਿੰਘ ਦਾ ਦੌਰ ਹੋਇਆ, ਹੌਲੀ 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 ਇਲਾਕੇ ਜਿੱਤ ਲਏ, ਆਪਦੇ ਰਾਜ ਦਾ ਉਥਾਨ ਸ਼ੁਰੂ ਹੋ ਗਿਆ ਸਿੱਖ ਰਾਜ ਦਾ, ਅਤੇ ਉਥਾਨ ਸ਼ੁਰੂ ਹੋ ਗਿਆ ਇੱਧਰੋਂ ਕਸ਼ਮੀਰ, ਕਸ਼ਮੀਰ ਤੋਂ ਮੁਲਤਾਨ, ਮੁਲਤਾਨ ਤੋਂ ਅਫਗਾਨਿਸਤਾਨ, ਅਫਗਾਨਿਸਤਾਨ ਤੋਂ ਪਰਾਂ ਜਮਰੌਦ, ਇਹ ਸਾਰੇ ਇਲਾਕੇ ਸੀਗੇ ਜਿਹੜੇ ਰਣਜੀਤ ਸਿੰਘ ਨੇ ਕਬਜ਼ੇ 'ਚ ਲਏ ਸੀ ਹੌਲੀ ਹੌਲੀ। ਬੇਸ਼ੱਕ ਇਹਨੂੰ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ, ਕਦੀ ਜਰਨੈਲਾਂ ਦੀ ਬਗਾਵਤ, ਕਦੀ ਮਤਲਬ ਮੁਹਿੰਮ ਰੁਕ ਜਾਣੀ, ਕਈ ਵਾਰ ਜਲਵਾਯੂ ਦਾ ਪਰਿਵਰਤਨ ਹੋਣਾ, ਠੀਕ ਆ, ਅਤੇ ਪਰ ਫਿਰ ਵੀ ਉਹਨਾਂ ਨੇ ਛੱਡਿਆ ਨਹੀਂ ਹੌਸਲਾ ਅਤੇ ਆਪਦਾ ਸਿੱਖ ਸਾਮਰਾਜ ਸਥਾਪਿਤ ਕਰ ਲਿਆ, ਜਿਹੜਾ ਕਿ 1799 ਤੋਂ 1849 ਤੱਕ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ, ਉਹ ਤੋਂ ਬਾਅਦ 1849 ਤੱਕ 10 ਸਾਲ ਚੱਲਦਾ ਰਿਹਾ। ਕਹਿੰਦੇ ਕਿ ਰਣਜੀਤ ਸਿੰਘ ਨੇ 1799 ਤੋਂ 1849 ਤੱਕ ਰਾਜ ਕੀਤਾ, ਅਤੇ 10 ਸਾਲ ਉਹਨਾਂ ਦੀ ਮੜੀ ਰਾਜ ਕਰਦੀ ਰਹੀ। ਬੇਸ਼ੱਕ ਉਹਨਾਂ ਦੀ ਮੜੀ ਰਾਜ ਕਰਦੀ ਰਹੀ, ਪਰ ਜਿਹੜੀਆਂ ਉਹਦੀਆਂ ਵਿਰੋਧੀ ਤਾਕਤਾਂ ਸੀ, ਜਿਵੇਂ ਅੰਗਰੇਜ਼ ਹੋ ਗਏ, ਉਹ ਫਿਰ ਵੀ ਵੇਖ ਰਹੇ ਸੀ ਇਹਨਾਂ ਨੂੰ ਕਿ ਇਹ ਕੌਮ ਲੀਡਰਲੈਸ ਹੋ ਚੁੱਕੀ ਸੀ, ਕਿਉਂਕਿ ਬੰਦਾ ਬਹਾਦਰ ਤੋਂ ਬਾਅਦ ਇੱਕ ਰਣਜੀਤ ਸਿੰਘ ਅਜਿਹਾ ਸ਼ਾਸਕ ਸੀ ਜਿਹੜਾ ਸਿੱਖਾਂ ਨੂੰ ਅਗਵਾਈ ਕਰਨ ਵਾਲਾ ਮਿਲਿਆ ਸੀਗਾ, ਜਿਹਦੀ ਅਗਵਾਈ ਵਿੱਚ ਸਿੱਖਾਂ ਨੇ ਆਪਦਾ ਬਹੁਤ ਵਿਸ਼ਾਲ ਸਾਮਰਾਜ ਸਥਾਪਿਤ ਕਰ ਲਿਆ ਸੀ। ਇੱਕ ਹਿੰਦੁਸਤਾਨ 'ਚ 2 ਰਾਜੇ ਸੀਗੇ ਉਸ ਟਾਈਮ, ਇੱਕ ਅੰਗਰੇਜ਼, ਇੱਕ ਮਹਾਰਾਜਾ ਰਣਜੀਤ ਸਿੰਘ। ਅਤੇ ਹੁਣ ਦੋਵਾਂ 'ਚੋਂ ਇੱਕ ਤਾਕਤ ਦਾ ਖਾਤਮਾ ਹੋਣਾ ਲਾਜ਼ਮੀ ਸੀ, ਕਿਉਂਕਿ ਇੱਕ ਸਟੇਟ 'ਚ 2 ਰਾਜੇ ਨਹੀਂ ਰਹਿ ਸਕਦੇ। ਹੋਰ ਜਾਂ ਤਾਂ ਰਣਜੀਤ ਸਿੰਘ ਖਤਮ ਹੋਣ ਸੀ ਅਤੇ ਜਾਂ ਅੰਗਰੇਜ਼ ਖਤਮ ਹੋ ਰਹੇ ਸੀ, ਕਿਉਂਕਿ ਅੰਗਰੇਜ਼ ਵੀ 1757 ਤੋਂ ਰਾਜ ਕਰਦੇ ਆ ਰਹੇ ਸੀਗੇ, ਉਹਨਾਂ ਦੀ ਵੀ ਪਾਵਰੋਂ ਵੱਧ ਗਈ ਸੀਗੀ, ਅਤੇ ਉਹ ਇਹਦੇ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ ਸੀ, ਲੈਣਾ ਨਹੀਂ ਚਾਹੁੰਦੇ ਸੀ ਰਣਜੀਤ ਸਿੰਘ ਨਾਲ,
ਕਿਉਂਕਿ ਜਿਹੜਾ ਅਫਗਾਨਿਸਤਾਨ ਵਾਲਾ ਪਾਸਾ ਉਹ ਜਾਣਦੇ ਸਨ ਕਿ ਜੇ ਅਸੀਂ ਇਹਨਾਂ 'ਤੇ ਹਮਲਾ ਕਰਤਾ ਜਿਹੜੇ ਅਫਗਾਨ ਸ਼ਾਸਕ ਆ ਉਹ ਸਾਡੇ ਸਾਨੂੰ ਆਉਣਗੇ ਮਾਰਨਗੇ ਅਤੇ ਲੁੱਟਣਗੇ। ਇਸ ਲਈ ਉਹਨਾਂ ਨੇ ਮਤਲਬ ਸਮਝੌਤਾ ਕਰ ਲਿਆ ਉਹਨਾਂ ਨਾਲ ਰਣਜੀਤ ਸਿੰਘ 1809 ਦੀ ਸੰਧੀ, 1819 ਦੀ 1819 ਦੀ ਸੰਧੀ, ਭੈਰੋਵਾਲ ਦੀ ਸੰਧੀ, ਲਾਹੌਰ ਦੀ ਦੂਜੀ ਸੰਧੀ। ਇਸ ਕਰਕੇ ਸਿੱਖ ਅੰਗਰੇਜ਼ਾਂ ਨੇ ਹੌਲੀ ਹੌਲੀ ਇਸ 'ਤੇ ਮਤਲਬ ਆਪਦਾ ਕਬਜ਼ਾ ਸ਼ੁਰੂ ਕਰਤਾ। ਅਤੇ ਕੱਲ੍ਹ ਆਪਾਂ ਪਾਰਟ 2 ਕਰਾਂਗੇ ਇਸ ਬਾਰੇ, ਅਤੇ ਜੁੜੇ ਰਹੋ ਬਲੈਕ ਹੋਲ ਪੁਆਇੰਟ ਨਾਲ। ਧੰਨਵਾਦ।